ਪਰ ਸਾਰੇ ਪੰਜਾਬ ਨੂੰ ਪਤਾ ਹੈ ਕੌਣ ਨੇ ਇਹ ਜਿਹੜੇ ਇੱਥੇ ਕਹਿੰਦੇ ਨੇ ਕਿ ਬਗੇਲ ਸਿੰਘ ਨੇ ਕੀਤੀ ਸੀ 1783 ਵਿੱਚ ਹੁਣ 2021 ਤੱਕ ਪਾਕ ਕਰ ਦਿੱਤੀ ਹੈ। ਕੀ ਬੇਵਕੂਫੀ ਵੱਲਾ ਕਰਦੇ ਨੇ ਔਰ ਕਿਸ ਕਿਸਮ ਦੀ ਇਹਨਾਂ ਦੀ ਸੋਚ ਹੈ ਮੈਨੂੰ ਨਹੀਂ ਸਮਝੀ। ਹਿੰਦੁਸਤਾਨ ਇੱਕ ਆਜ਼ਾਦ ਹਿੰਦੁਸਤਾਨ ਹੈ। ਹਿੰਦੁਸਤਾਨ ਦੇ ਵਿੱਚ ਅਸੀਂ 2% ਦੇ ਲੋਕ ਹੈ। ਹਰ ਵੇਲੇ ਤੁਸੀਂ ਵਿਗਾੜ ਪਾਣੀ ਇੱਥੇ। ਪਹਿਲਾ ਸਾਡਾ ਅੱਧਾ ਪਾਕ ਪੰਜਾਬ ਪਾਕਿਸਤਾਨ ਚਲਾ ਗਿਆ 1947 ਵਿੱਚ। ਫਿਰ 1948 ਵਿੱਚ ਕਾਲਿਆ ਦੇ ਮੋਰਚੇ ਨੇ ਬਿਗੈਰ ਸੋਚੇ ਸਾਡੇ ਪੰਜਾਬ ਨੂੰ ਹੋਰ ਤੋਂ ਤਾਂ ਹਰਿਆਣਾ ਬਣਾਤਾ ਹਿਮਾਚਲ ਤੁਸੀਂ ਬਣਾਤਾ ਫਿਰ ਤੁਸੀਂ ਹਰ ਵੇਲੇ ਕੁਛ ਨਾ ਕੁਛ ਛੇੜਛਾੜ ਕਿਸੇ ਮਹਿਬਾਨ ਵੇ ਦੇ ਵਿੱਚ ਸਾਡੇ ਚੀਫ ਮਿੰਿਸਟਰ ਦਾ ਸਬਕ ਇਥੇ ਅ ਅ ਅ ਸਰਦਾਰ ਬਿਆਨ ਸਿੰਘ ਦੀ ਉਹ ਨੁਕਾ ਦਾ ਕਤਲ ਹੋ ਗਿਆ ਸੋ ਆਲਵੇਸ ਕੋਈ ਨਾ ਕੋਈ ਮੂਮੂਟਾ ਚਲਾਉ ਦੇ ਰਹੇ ਨੇ ਬਿਗੈਰ ਸੋਚੇ ਕਿ ਪੰਜਾਬ ਦਾ ਕੀ ਹੋਗਾ ਭਾਈ ਪੰਜਾਬ ਦੇ ਵਿੱਚ ਆਪਾਂ ਨੇ ਕੋਈ ਭਵਿਕਾ ਆਪਣੇ ਬੱਚਿਆਂ ਦਾ ਬਣਾਉਣਾ ਹੈ ਜਾਂ ਨਹੀਂ ਹਿੰਦੁਸਤਾਨ ਦੇ ਵਿੱਚ ਇਹ ਹੈ ਕਿ ਸਾਰਾ ਕੋਈ ਸੂਬਾ ਹੈ ਜਿੱਥੇ ਪੰਜਾਬੀ ਵਧੀਆ ਉਹਨਾਂ ਦਾ ਕੰਮ ਨਹੀਂ ਚੱਲ ਰਿਹਾ ਉਹ ਪੰਜਾਬ ਦੇ ਵਿੱਚ ਨੌਜਵਾਨਾਂ ਨੇ ਅਗਰ ਆਪਣਾ ਭਵਿੱਖ ਦੇਖਣਾ ਹੈ ਤੇ ਇਟ ਇਜ਼ ਓਨਲੀ ਇਨ ਅ ਡਿਵੈਲਪਡ ਪੰਜਾਬ ਅਗਰ ਇਹ ਟੁੱਟਿਆ ਹੋਇਆ ਜਿਹਾ ਪੰਜਾਬ ਹੋਊਗਾ ਕੀ ਥੋੜਾ ਭਵਿੱਖ ਬਣੂਗਾ ਇੱਥੇ ਔਰ ਅਗਰ ਤੁਸੀਂ ਐਂ ਕਰਦੇ ਰਹੋਗੇ ਕਿ ਤੁਹਾਨੂੰ ਬਾਹਰ ਨੌਕਰੀਆਂ ਕੌਣ ਦੇਊਗਾ ਜਾ ਕੇ ਸੋ ਇਹ ਤਾਂ ਇਹਨਾਂ ਨੂੰ ਸੋਚਣਾ ਪਊਗਾ ਬਟ ਅਨਫੋਰਚਨਟਲੀ ਕੁਝ ਪਟਕਾਉ ਲੋਗ ਨੇ ਅਜੇ ਜਿਹੜੇ ਆਪਣੇ ਸਿਆਸੀ ਬਣਾਉਣਾ ਸਿਆਸਤ ਬਣਾਉਣਾ ਚਾਹੁੰਦੇ ਨੇ ਔਰ ਆਪਣੇ ਆਪ ਨੂੰ ਲੀਡਰ ਬਣਾਉਣਾ ਚਾਹੁੰਦੇ ਨੇ ਇਹ ਜਿਹੜੇ ਨੌਜਵਾਨਾਂ ਦਾ ਨਾਮ ਹੀ ਨਹੀਂ ਲੈਂਦਾ ਅਖਵਾਣਾ ਚਾਹੇ ਬਹੁਤ ਅੱਜ ਕਿਸਾਨ ਜਥੇਬੰਦਿਆਂ ਨੇ ਵੀ ਉਹਨਾਂ ਦੇ ਨਾਲ ਲਿਤਾ ਲੈ ਬਟ ਇਨਵੈਸਟੀਗੇਸ਼ਨ ਡੂ ਇਟ ਇਨਵੈਸਟੀਗੇਸ਼ਨ ਪ੍ਰੂਫ ਕਰੇਗੀ ਕਾ ਕੌਣ ਸੀ ਔਰ ਕਿਨੇ ਕੀ ਕੁਝ ਕੀਤਾ ਲੇਕਿਨ ਜਨਰਲੀ ਮੈਂ ਨੌਂਡਵਾਨ ਨੂੰ ਕਹਿਣਾ ਹੈ ਅਗਰ ਤੁਸੀਂ ਆਪਣਾ ਭਵਿੱਖ ਬਣਾਉਣਾ ਹੈ ਤਾਂ ਤੁਹਾਨੂੰ ਸ਼ਾਂਤ ਪੰਜਾਬ ਬਣਾਉਣਾ ਪਊ ਪੰਜਾਬ ਆਪਣਾ ਬਹੁਤ ਛੋਟਾ ਬਣ ਗਿਆ ਕੋਈ ਇੰਡਸਟਰੀ ਨਹੀਂ ਹੈ ਇੰਡਸਟਰੀ ਅਗਰ ਲਗਾਉਣੀ ਹੈ ਥੋੜਾ ਕੀ ਟੁੱਟੇ ਜੇ ਪੰਜਾਬ ਤੇ ਆਉਣਗੇ ਜਿਹੜਾ ਜਿਹਦੇ ਵਿੱਚ ਕੋਈ ਇੱਥੇ ਦੈਜ਼ ਨੋ ਲਾਅ ਐਂਡ ਆਰਡਰ ਔਰ ਜਿਸ ਤਰੀਕੇ ਨਾਲ ਕੰਮ ਚੱਲ ਰਿਹਾ ਕਿਹੜੀ ਇੰਡਸਟਰੀ ਆ ਕੇ ਉਰੇ ਲਾਉਗੀ ਉਰੇ ਜਾ ਤੂੰ ਸਾਡੀ ਸਰਕਾਰ ਆਈ ਹੈ 71000 ਕਰੋੜ ਦੀ ਇੰਡਸਟਰੀ ਉਰੇ ਲੱਗ ਰਹੀ ਸੀ ਕੁਝ ਦਿਨਾਂ ਤੋਂ ਹੁਣ ਬੰਦ ਪਈ ਹੈ ਕੰਸਟਰਕਸ਼ਨ ਕਲੋਜ਼ ਹੋ ਗਈ ਵਾਈ ਬਿਕੋਸ ਲੋਗਾਂ ਨੂੰ ਥੋੜੇ ਅਨਸਰਟਨਟੀ ਹੋ ਗਈ ਆਪਣੇ ਵਿੱਚ ਅਨਸਰਟਨਟੀ ਹੋ ਗਈ ਫਿਰ ਤੋਰ ਜਾ ਦੋ ਇੰਡਸਟਰੀ ਨਹੀਂ ਲੱਗੇਗੀ ਕਿ ਫਿਰ ਤੁਹਾਨੂੰ ਨੌਕਰੀਆਂ ਕਿੱਥੋਂ ਮਿਲਣਗੀਆਂ ਤੁਸੀਂ ਅਗਰਾ ਕਰੋਗੇ ਹੁਣ ਜਾਓ ਦਿੱਲੀ ਤੇ ਦੇਖਦੇ ਆ ਕਿਹੜੀ ਫੈਕਟਰੀ ਤੁਹਾਨੂੰ ਲੈਂਦੀ ਹੈ ਉੱਥੇ ਜਾਂ ਕਿਹੜੀ ਇੰਡਸਟਰੀ ਤੁਹਾਨੂੰ ਚਲਾਉਗੀ ਕਿਤੇ ਜਾਓ ਤੁਸੀਂ ਹਿੰਦੁਸਤਾਨ ਕੋਈ ਵੀ ਨਹੀਂ ਅਪਰੀਸ਼ੀਏਟ ਕਰੇਗਾ ਜੋ ਤੁਸੀਂ ਕੀਤਾ ਅੱਜ